इस वेले दी वड्डी खबर चंडीगढ़ तो आ रही है जिथे पंजाब प्रदेश कांग्रेस कमेटी तो मुअत्तल किए गए जीरा तो विधायक कुलवीर सिंह जीरा नूं कांग्रेस कमेटी दे वल्लों बहाल कर दिता गया। तस्वीरां दे विच तुसीं साफ देख सकते हो कि कुलवीर जीरा अते सुनील जाखड़ दे नाल आशा कुमारी इको जगह दे उत्ते इकट्ठे दिखाई दे रहे ने। तुहानूं दस दईए कि पिछले कुछ दिन पहला फिरोजपुर दे विच जदों पंजाब कांग्रेस दे वल्लों पंजाब सरकार दे वल्लों ਨਵੇਂ ਬਣੇ ਸਰਪੰਚਾਂ ਤੇ ਪੰਚਾਂ ਦੇ ਲਈ ਸਹੁੰ ਚੁੱਕ ਸਮਾਗਮ ਰੱਖਿਆ ਗਿਆ ਸੀ ਤਾਂ ਉਸੇ ਸਟੇਜ ਦੇ ਉੱਤੋਂ ਕੁਲਵੀਰ ਸਿੰਘ ਜੀਰਾ ਨੇ ਨਸ਼ੇ ਦੇ ਮੁੱਦੇ ਨੂੰ ਲੈ ਕੇ ਪੰਜਾਬ ਸਰਕਾਰ ਦੇ ਨਾਲ ਨਾਲ ਪੰਜਾਬ ਪੁਲਿਸ ਦੇ ਅਫਸਰ ਸ਼ਾਹੀ ਦੇ ਉੱਤੇ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਸਨ ਅਤੇ ਉਸ ਸਹੁੰ ਚੁੱਕ ਸਮਾਗਮ ਦਾ ਬਾਈਕਾਟ ਕਰ ਦਿੱਤਾ ਸੀ ਜਿਸ ਤੋਂ ਬਾਅਦ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਵੱਲੋਂ ਜੀਰਾ ਨੂੰ ਨੋਟਿਸ ਜਾਰੀ ਕਰਦਿਆਂ ਉਹਨਾਂ ਨੂੰ ਪਾਰਟੀ ਦੇ ਉੱਤੋਂ ਸਸਪੈਂਡ ਕਰ ਦਿੱਤਾ ਸੀ ਜਿਸ ਤੋਂ ਬਾਅਦ ਕੁਲਵੀਰ ਜੀਰਾ ਦੇ ਪਾਰਟੀ ਦੇ ਵਿੱਚ ਬਹਾਲੀ ਦੀਆਂ ਖਬਰਾਂ ਵੀ ਆਈਆਂ ਪਰ ਇਹਨਾਂ ਸਾਰੀਆਂ ਖਬਰਾਂ ਦਾ ਖੰਡਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਦੇ ਵੱਲੋਂ ਕੀਤਾ ਗਿਆ ਸੀ ਪਰ ਹੁਣ ਇੱਕ ਵਾਰ ਫੇਰ ਕਾਂਗਰਸ ਨੇ ਕਾਰਵਾਈ ਕਰਦਿਆਂ ਕੁਲਵੀਰ ਜੀਰਾ ਨੂੰ ਫੇਰ ਪਾਰਟੀ ਦੇ ਵਿੱਚ ਬਹਾਲ ਕਰ ਦਿੱਤਾ ਔਰ ਤਸਵੀਰਾਂ ਤੁਸੀਂ ਸਾਫ਼ ਚੰਡੀਗੜ੍ਹ ਦੀਆਂ ਦੇਖ ਸਕਦੇ ਹੋ ਜਿੱਥੇ ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਮੀਟਿੰਗ ਬੁਲਾਈ ਗਈ ਆ ਅਤੇ ਉੱਥੇ ਹੀ ਕੁਲਵੀਰ ਜੀਰਾ ਸੁਨੀਲ ਜਾਖੜ ਤੇ ਆਸ਼ਾ ਕੁਮਾਰੀ ਇੱਕੋ ਸਾਥ ਇਕੱਠੇ ਦਿਖਾਈ ਦਿੱਤੇ ਨੇ। ਚੰਡੀਗੜ੍ਹ ਤੋਂ ਅੰਕੁਸ਼ ਮਹਾਜਨ ਦੇ ਨਾਲ ਬਿਊਰੋ ਰਿਪੋਰਟ ਦੈਨਿਕ ਸਵੇਰਾ ਟੀਵੀ।